ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖੁਰਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਹਫਤੇ ਖੁਰਕੀਵਾਰ ਚ ਮੈਂ ਅਮ੍ਰਿਤਾ ਗਰਗ ਹਾਜ਼ਰ ਹਾਂ ਲੈ ਕੇ ਇਸ ਹਫਤੇ ਦੀਆਂ ਮੁੱਖ ਖਬਰਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੁਆਰਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਚਲਾਈ ਗਈ ਹੈ ਸਕੀਮ ਆਪਣੀ ਗੱਡੀ ਆਪਣਾ ਰੋਜ਼ਗਾਰ ਜੋ ਕਿ ਇੱਕ ਹਫਤੇ ਵਿੱਚ ਹੀ ਫੁੱਸ ਹੋ ਗਈ ਹੈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਦੁਆਰਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਦਾਅਵਾ ਕਰਦੇ ਹੋਏ ਇਸ ਸਕੀਮ ਨੂੰ ਹਰੀ ਝੰਡੀ ਦੇ ਕੇ 80 ਬਾਈਕਰਸ ਨੂੰ ਰਵਾਨਾ ਕੀਤਾ ਸੀ ਜੋ ਹੁਣ ਪਰੇਸ਼ਾਨ ਨਜ਼ਰ ਆ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਬਰ ਕੰਪਨੀ ਵੱਲੋਂ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਪਹਿਲੇ 6 ਮਹੀਨਿਆਂ ਦੇ ਅੰਦਰ 105 ਰੁਪਏ ਪ੍ਰਤੀ ਘੰਟਾ ਉਹਨਾਂ ਨੂੰ ਦਿੱਤਾ ਜਾਏਗਾ ਜੋ ਉਸ ਵਾਅਦੇ ਤੋਂ ਹੁਣ ਕੰਪਨੀ ਮੁੱਕਰ ਚੁੱਕੀ ਹੈ ਇਸ ਨਾਲ ਨੌਜਵਾਨਾਂ ਲਈ ਲੋਨ ਤੇ ਖਰੀਦੀਆਂ ਗਈਆਂ ਬਾਈਕਾਂ ਦੀ ਕਿਸ਼ਤ ਦੇਣੀ ਵੀ ਔਖੀ ਹੋ ਗਈ ਹੈ ਕੰਪਨੀ ਤੋਂ ਪਰੇਸ਼ਾਨ ਕਰੀਬ 40 ਬਾਈਕਰਸ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼ 9 'ਚ ਸੂਬਾ ਸਰਕਾਰ ਅਤੇ ਕੰਪਨੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਬਲ ਮਾਫੀਆ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭੜਾਸ ਕੱਢਦੇ ਉਹਨਾਂ ਨੇ ਕਿਹਾ ਕਿ ਸਾਬਕਾ ਅਕਾਲੀ ਭਾਜਪਾ ਸਰਕਾਰ 7 ਸਾਲ ਦੌਰਾਨ ਫਾਸਟਵੇ ਨੂੰ 20,000 ਕਰੋੜ ਰੁਪਏ ਦਾ ਫਾਇਦਾ ਦੇ ਚੁੱਕੀ ਹੈ ਕਿ ਜਿਹੜੀਆਂ ਪਾਈਪਾਂ ਦੇ ਵਿੱਚ ਦੀ ਕੱਢ ਦਿੱਤਾ ਜਿਹੜਾ ਰੇਲਵੇ ਸਟੇਸ਼ਨ ਦੇ ਥੱਲੋਂ ਕੱਢ ਰੇਲਵੇ ਬ੍ਰਿਜਾਂ ਦੇ ਥੱਲੋਂ ਦੀ ਕੱਢ ਦਿੱਤਾ PWD ਦੀਆਂ ਸੜਕਾਂ ਪੱਟ ਪੁੱਟ ਕੇ ਉਹਦੇ ਵਿੱਚੋਂ ਦੀ ਕੱਢ ਦਿੱਤਾ ਉਹ ਸੀਵਰੇਜ ਦਾ ਪਾਣੀ ਡਰਿੰਕਿੰਗ ਵਾਟਰ ਦੇ ਵਿੱਚ ਆ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਰਾਤ ਨੂੰ 12 ਵਜੇ ਗੱਡੀ ਲਾਈ ਕੇ ਆ ਗਏ ਠਾ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪਿਛਲੀ ਸਰਕਾਰ ਨੇ ਸਿਰਫ ਆਪਣੇ ਵਪਾਰ ਤੇ ਆਪਣੇ ਫਾਇਦੇ ਬਾਰੇ ਸੋਚਿਆ ਉਹਨਾਂ ਨੇ ਪੰਜਾਬ ਦੀ ਜਨਤਾ ਦੀ ਕਦੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਜਨਤਾ ਨੂੰ ਫਾਸਟਵੇ ਬਹੁਤ ਲੁੱਟ ਚੁੱਕਿਆ ਹੈ ਤੇ ਹੁਣ ਉਹ ਇਸ ਦੇ ਠੱਲਰ ਪਾ ਕੇ ਰਹਿਣਗੇ ਤੇ ਜੇਕਰ ਉਹ ਅਜਿਹਾ ਨਹੀਂ ਕਰ ਪਾਉਂਦੇ ਤਾਂ ਇੱਥੇ ਬੈਠਣ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਤੇ ਉੱਥੇ ਹੀ ਫਾਸਟਵੇ ਟਰਾਂਸਮਿਸ਼ਨ ਦੇ CMD ਗੁਰਦੀਪ ਸਿੰਘ ਝੁਝਾਰ ਅਤੇ ਬੁਲਾਰੇ ਪਿਊਸ਼ ਮਹਾਜਨ ਨੇ ਸਥਾਨਕ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਐਡਵੋਕੇਟ ਵਿਨੀਤ ਭਗਤ ਖਿਲਾਫ ਮੋਰਚਾ ਖੋਲਦੇ ਹੋਏ ਉਹਨਾਂ ਤੇ ਨਿੱਜੀ ਰੰਜਿਸ਼ਾਂ ਅਤੇ ਸਵਾਰਥਾਂ ਤਹਿਤ ਫਾਸਟਵੇ ਕੰਪਨੀ ਨੂੰ ਬਦਨਾਮ ਕਰਨ ਦੇ ਗੰਭੀਰ ਦੋਸ਼ ਲਾਏ ਹਨ ਫਾਸਟਵੇ ਨੂੰ ਲੈ ਕੇ ਜਦੋਂ ਪੂਰੇ ਪੰਜਾਬ ਦੇ ਵਿੱਚ ਬਵਾਲ ਮਚਿਆ ਹੋਇਆ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਕਿੱਦਾਂ ਪਿੱਛੇ ਰਹਿ ਸਕਦੇ ਹਨ ਸੁਖਪਾਲ ਸਿੰਘ ਖਹਿਰਾ ਨੇ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਜਦੋਂ ਕੈਪਟਨ ਸਰਕਾਰ ਦੇ ਖੁਦ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਬਾਦਲਾਂ ਉੱਤੇ ਐਡੇ ਸੰਗੀਨ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਰਹੇ ਹਨ ਤਾਂ ਫਿਰ ਕੈਪਟਨ ਸਾਹਿਬ ਇਸ ਚੀਜ਼ ਤੋਂ ਕਿਉਂ ਮੁਨਕਰ ਹੋ ਰਹੇ ਹਨ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਡੇਰਾਬਸੀ ਵਿਖੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਾਸਟਵੇ ਟਰਾਂਸਮਿਸ਼ਨ ਪ੍ਰਾਈਵੇਟ ਲਿਮਿਟਿਡ ਦੁਆਰਾ 20,000 ਕਰੋੜ ਰੁਪਏ ਦੇ ਕੀਤੇ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਆਰਡੀਨੈਂਸ ਲਿਆਉਣ ਦੇ ਬਿਆਨ ਤੋਂ ਜ਼ਾਹਿਰ ਹੁੰਦਾ ਹੈ ਕਿ ਮੰਤਰੀ ਦਾ ਆਪਣੇ ਹੀ ਮੁੱਖ ਮੰਤਰੀ ਤੋਂ ਭਰੋਸਾ ਟੁੱਟ ਚੁੱਕਿਆ ਹੈ ਖਹਿਰਾ ਨੇ ਕਿਹਾ ਕਿ ਸਿੱਧੂ ਦੁਆਰਾ ਨਿਯਮਾਂ ਨੂੰ ਬਦਲ ਕੇ ਉਸ ਨੂੰ ਫਾਸਟਵੇ ਨੈਟਵਰਕ ਦੇ ਭ੍ਰਿਸ਼ਟਾਚਾਰ ਦੀ ਜਾਂਚ ਦਾ ਅਧਿਕਾਰ ਦੇਣ ਦੀ ਮੰਗ ਇਹ ਸਿੱਧ ਕਰਦਾ ਹੈ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਨਹੀਂ ਹੈ ਬੁਲੇਟਿਨ ਵਿੱਚ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਪੰਜਾਬ ਦੇ ਜਲੰਧਰ ਸ਼ਹਿਰ ਦੀ ਮਾਰਚ ਦੇ ਮਹੀਨੇ ਵਿੱਚ ਕਾਂਗਰਸ ਸਰਕਾਰ ਨੇ ਸੂਬੇ ਦੀ ਸੱਤਾ ਨੂੰ ਸੰਭਾਲਿਆ ਸੀ ਤੇ ਉਸ ਸਮੇਂ ਸ਼ਹਿਰ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ ਚੱਲ ਰਹੇ ਸਨ ਉਹਨਾਂ ਸਾਰਿਆਂ ਨੂੰ ਇਹ ਕਹਿ ਕੇ ਬੰਦ ਕਰਵਾ ਦਿੱਤਾ ਗਿਆ ਕਿ ਇਸ ਦੀ ਸਕਰੀਨਿੰਗ ਕੀਤੀ ਜਾਏਗੀ ਕਿਉਂਕਿ ਇਸ ਵਿੱਚ ਘਪਲਾ ਹੋਇਆ ਹੈ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਸਮੇਂ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਵੈਸੇ ਤਾਂ ਪੰਜਾਬ ਦੇ ਹਰ ਸ਼ਹਿਰ ਦਾ ਹੀ ਹਾਲ ਹੈ ਪਰ ਜੇ ਖਾਸ ਕਰ ਗੱਲ ਕਰੀਏ ਜਲੰਧਰ ਦੀ ਤਾਂ ਮੰਗਲਵਾਰ ਦੀ ਸਵੇਰ ਨੂੰ ਪਏ ਕੁਝ ਘੰਟਿਆਂ ਦੇ ਮੀਂਹ ਨੇ ਸ਼ਹਿਰ ਨੂੰ ਪਾਣੀ ਵਿੱਚ ਡੁਬੋ ਦਿੱਤਾ ਖਾਸ ਤੌਰ ਤੇ 120 ਫੁੱਟੀ ਰੋਡ ਤੇ ਬਸਤੀ ਬਾਵਾ ਖੇਲ ਰੋਡ ਤਾਂ ਕਈ ਘੰਟੇ ਸ਼ਹਿਰ ਨਾਲੋਂ ਕੱਟੇ ਰਹੇ ਨਾ ਤਾਂ ਨਗਰ ਨਿਗਮ ਨੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੂਰੀ ਤਰ੍ਹਾਂ ਸੀਵਰੇਜ ਦੀ ਸਫਾਈ ਕਰਵਾਈ ਅਤੇ ਨਾ ਹੀ ਜਿੱਥੇ ਜਿੱਥੇ ਪਾਣੀ ਜਮ੍ਹਾਂ ਹੁੰਦਾ ਸੀ ਉੱਥੇ ਕੋਈ ਬਦਲ ਵਿਵਸਥਾ ਕੀਤੀ ਗਈ 29 ਜੁਲਾਈ ਨੂੰ ਪਿੰਗਲਵਾੜੇ ਦੇ ਹਸਪਤਾਲ ਦੇ ਵਿੱਚ ਇੱਕ ਅਨੋਖੇ ਬੱਚੇ ਦਾ ਜਨਮ ਹੋਇਆ ਇਸ ਬੱਚੇ ਦੇ 4 ਪੈਰ 3 ਹੱਥ ਤੇ 2 ਪ੍ਰਾਈਵੇਟ ਪਾਰਟ ਸਨ ਅਜਿਹੀ ਹਾਲਤ ਵਿੱਚ ਜਨਮੇ ਇਸ ਬੱਚੇ ਨੂੰ ਉਦੈਪੁਰ ਦੇ ਮਹਾਰਾਣਾ ਭੂਪਾਲ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਡਾਕਟਰਾਂ ਦੁਆਰਾ ਇਸ ਕੇਸ ਦੀ ਜਾਂਚ ਕੀਤੀ ਗਈ ਇਸ ਤੋਂ ਬਾਅਦ ਬੱਚੇ ਨੂੰ ਜੈਪੁਰ ਦੇ JK ਲੋਨ ਹਸਪਤਾਲ 'ਚ ਭੇਜਿਆ ਗਿਆ ਜਿੱਥੇ ਬੱਚੇ ਦਾ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਕਰਕੇ ਇਸ ਬੱਚੇ ਦੇ ਸਾਰੇ ਵਾਧੂ ਅੰਗਾਂ ਨੂੰ ਵੱਖ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਇੱਕਦਮ ਸਿਹਤਮੰਦ ਹੈ ਮਾਹਿਰਾਂ ਅਨੁਸਾਰ ਡਾਕਟਰੀ ਵਿਗਿਆਨ 'ਚ ਅਜਿਹੇ ਬਹੁਤ ਘੱਟ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਜਨਮ ਦੇ ਸਮੇਂ ਇਸ ਤਰ੍ਹਾਂ ਦੀ ਹਾਲਤ 'ਚ ਵੀ ਬੱਚਾ ਇੱਕਦਮ ਸਿਹਤਮੰਦ ਹੋਵੇ ਹਾਲਾਂਕਿ ਉਸ ਬੱਚੇ ਨੂੰ ਇਸ ਵੇਲੇ ਡਾਕਟਰਾਂ ਦੀ ਦੇਖਰੇਖ 'ਚ ਹੀ ਰੱਖਿਆ ਗਿਆ ਹੈ ਇਸ ਹਫਤੇ ਖੁਰਕੀਵਾਰ 'ਚ ਬਸ ਇੰਨਾ ਹੀ ਅਗਲੇ ਹਫਤੇ ਖੁਰਕੀਵਾਰ 'ਚ ਮੈਂ ਅਮ੍ਰਿਤਾ ਗਰਗ ਹਾਜ਼ਰ ਹੋਵਾਂਗੀ ਲੈ ਕੇ ਅਗਲੇ ਹਫਤੇ ਦੀਆਂ ਮੁੱਖ ਖਬਰਾਂ ਉਦੋਂ ਤੱਕ ਲਈ ਤੁਸੀਂ ਜੁੜੇ ਰਹੋ ਪੰਜਾਬੀ ਖੁਰਕੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ